ਇਹ ਮੁੱਦਾ ਵੀ ਸੇਵਾ ਕੇਂਦਰ ਦਾ ਜਿਹੜਾ ਇੱਥੇ ਰਾਤ ਕਈ ਲੋਕ 4-4 ਦਿਨ ਤੋਂ ਖੱਜਲ ਖਰਾਬ ਹੁੰਦੇ ਆ ਤੇ ਮੈਂ ਹੈਰਾਨ ਆ ਵੀ ਰਾਤ ਆਣ ਕੇ ਲੋਕ ਇੱਥੇ ਸੌਂਦੇ ਆ ਵੀ ਸਵੇਰੇ ਟੋਕਨ ਲੈ ਲਾਂਗੇ ਤੇ ਟੋਕਨ 200 ਰੁਪਇਆ ਲੈ ਕੇ ਉਹਨੂੰ ਦਿੱਤਾ ਜਾਂਦਾ ਵਾ ਜੋ ਇਹਨਾਂ ਦੇ ਚਾਹਤੇ ਆ ਜਾਂ ਇਹਨਾਂ ਨੂੰ ਜਾਣਕਾਰ ਆ ਜਿਹੜਾ 200 ਰੁਪਇਆ ਦਿੰਦਾ ਉਹ ਭਾਵੇਂ 10 ਵਜੇ ਵੀ ਆ ਜੇ ਉਹਨੂੰ ਟੋਕਨ ਮਿਲ ਜਾਂਦਾ ਵਾ ਤੇ ਜਿਹੜਾ ਨਹੀਂ ਪੈਸੇ ਦਿੰਦਾ ਉਹ ਰਾਤ ਰਹਿ ਕੇ ਵੀ ਕਈਰਾਂ ਸਵੇਰੇ 7 ਵਜੇ ਨੂੰ ਜਿਹੜੇ 80 ਜਾਂ 90 ਟੋਕਨ ਦਿੰਦੇ ਆ ਉਹ ਖਤਮ ਹੋ ਜਾਂਦੇ ਆ ਤੇ 200 ਰੁਪਇਆ ਲੈ ਕੇ ਉਹ ਟੋਕਨ ਦਿੰਦੇ ਹੈਗੇ ਆ ਜਿਹੜੇ ਪੈਸੇ ਦਿੰਦੇ ਉਹਨਾਂ ਨੂੰ ਟੋਕਨ ਦਿੰਦੇ ਆ ਉਹ ਕਿਸੇ ਨੂੰ ਟੋਕਨ ਨਹੀਂ ਦਿੰਦੇ ਹੈਗੇ ਵੱਡੀ ਗੱਲ ਇਹ ਆਈ ਆ ਵੀ ਜਿਹੜਾ ਇੱਥੋਂ ਦਾ ਸਿਕਿਉਰਿਟੀ ਗਾਰਡ ਆ ਉਹ 200 ਰੁਪਇਆ ਟੋਕਨ ਦਾ ਲੈ ਕੇ ਤੇ ਉੱਥੇ ਅੰਦਰ ਟੋਕਨ ਦੀ ਅਦਲੀ ਬਦਲੀ ਕਰ ਦਿੰਦਾ ਅਸੀਂ ਸਮਝਦੇ ਹਾਂ ਵੀ ਇਕੱਲਾ ਉਹ ਨਹੀਂ ਹੋਊਗਾ ਉਹਦੇ ਨਾਲ ਹੋਰ ਵੀ ਇੱਥੋਂ ਦੇ ਜਿਹੜੇ ਕਰਮਚਾਰੀ ਆ ਉਹ ਨਾਲ ਰਲੇ ਹੋਣ ਖਡੂਰ ਸਾਹਿਬ ਦੇ ਸੇਵਾ ਕੇਂਦਰ ਵਿਖੇ ਲੋਕਾਂ ਦੀ ਹੋ ਰਹੀ ਅੰਨੇਵਾਹ ਲੁੱਟ ਅਤੇ ਖੱਜਲ ਖੁਆਰੀ ਨੂੰ ਰੋਕਣ ਦੇ ਲਈ ਕਿਸਾਨ ਜਥੇਬੰਦੀਆਂ ਨੇ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦਿਆਂ ਧਰਨਾ ਦਿੱਤਾ ਹੈ। ਇਸ ਮੌਕੇ ਜ਼ੋਨ ਪ੍ਰਧਾਨ ਹਰਬਿੰਦਰਜੀਤ ਸਿੰਘ ਕੰਗ ਅਤੇ ਜ਼ਿਲ੍ਹਾ ਆਗੂ ਇਕਬਾਲ ਸਿੰਘ ਵੜਿੰਗ ਨੇ ਕਿਹਾ ਕਿ ਤੜਕੇ ਆਏ ਲੋਕ ਲਾਈਨਾਂ ਵਿੱਚ ਲੱਗੇ ਰਹਿੰਦੇ ਨੇ ਅਤੇ ਦੁਪਹਿਰ ਆਏ ਲੋਕ ਰਿਸ਼ਵਤ ਦੇ ਕੇ ਆਪਣਾ ਕੰਮ ਕਰਵਾ ਲੈਂਦੇ ਹੈ। ਉਹਨਾਂ ਕਿਹਾ ਕਿ ਸਾਨੂੰ ਵੱਡੇ ਪੱਧਰ ਤੇ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਅਤੇ ਰਿਸ਼ਵਤ ਦੇਣ ਵਾਲਿਆਂ ਦੇ ਕੰਮ ਪਹਿਲ ਦੇ ਆਧਾਰ ਤੇ ਹੋ ਰਹੀ ਨਹੀਂ। ਹਾਂਜੀ, ਮੈਂ ਹਰਵਿੰਦਰਜੀਤ ਸਿੰਘ ਕੰਗ, ਜਥੇਬੰਦੀ 76 ਜ਼ਿਲ੍ਹਾ ਤਰਨ ਤਾਰਨ। ਅੱਜ ਦਾ ਜਿਹੜਾ ਮੁੱਦਾ ਵਾ ਇਹ ਮੁੱਦਾ ਵੀ ਸੇਵਾ ਕੇਂਦਰ ਦਾ ਜਿਹੜਾ ਇੱਥੇ ਰਾਤ ਕਈ ਲੋਕ 4-4 ਦਿਨ ਤੋਂ ਖੱਜਲ ਖਰਾਬ ਹੁੰਦੇ ਆ ਤੇ ਮੈਂ ਹੈਰਾਨ ਆ ਵੀ ਰਾਤ ਆਣ ਕੇ ਲੋਕ ਇੱਥੇ ਸੌਂਦੇ ਆ ਵੀ ਸਵੇਰੇ ਟੋਕਨ ਲੈ ਲਾਂਗੇ ਤੇ ਟੋਕਨ 200 ਰੁਪਇਆ ਲੈ ਕੇ ਉਹਨੂੰ ਦਿੱਤਾ ਜਾਂਦਾ ਵਾ ਜੋ ਇਹਨਾਂ ਦੇ ਚਾਹਤੇ ਆ ਜਾਂ ਇਹਨਾਂ ਨੂੰ ਜਾਣਕਾਰ ਆ ਜਿਹੜਾ 200 ਰੁਪਇਆ ਦਿੰਦਾ ਉਹ ਭਾਵੇਂ 10 ਵਜੇ ਵੀ ਆ ਜੇ ਉਹਨੂੰ ਟੋਕਨ ਮਿਲ ਜਾਂਦਾ ਵਾ ਤੇ ਜਿਹੜਾ ਨਹੀਂ ਪੈਸੇ ਦਿੰਦਾ ਉਹ ਰਾਤ ਰਹਿ ਕੇ ਵੀ ਕਈਰਾਂ ਸਵੇਰੇ 7 ਵਜੇ ਨੂੰ ਜਿਹੜੇ 80 ਜਾਂ 90 ਟੋਕਨ ਦਿੰਦੇ ਆ ਉਹ ਖਤਮ ਹੋ ਜਾਂਦੇ ਆ। ਇੱਕ ਬੰਦੇ ਜਿਹੜਾ ਮਾਲ ਮੰਤਰੀ ਆ ਅਮੀਤ ਹੇਰ ਉਹ ਕਹਿ ਰਿਹਾ ਵੀ ਤੁਹਾਨੂੰ ਸਾਰੇ ਐਫੀਡੇਵਿਟ ਜੋ ਸੇਵਾ ਕੇਂਦਰ ਦੀਆਂ ਸੇਵਾ ਉਹ ਤੁਹਾਡੇ ਵਟਸਐਪ 'ਤੇ ਔਨਲਾਈਨ ਆਉਣਗੀਆਂ, ਆ ਅੰਦਰ ਤੁਸੀਂ ਕਵਰੇਜ ਕਰਕੇ ਆਏ ਜੇ। ਹਜ਼ਾਰਾਂ ਦੀ ਗਿਣਤੀ 'ਚ ਲੋਕ ਇੱਥੇ ਖੱਜਲ ਖੁਆਰ ਹੋ ਰਹੇ ਆ ਅਤੇ ਘਰ ਦਾ ਕੰਮ ਕਾਰ ਛੱਡ ਕੇ ਰਾਤਾਂ ਰਹਿ ਕੇ ਵੀ 3-3, 4-4 ਦਿਨ ਹੋ ਗਏ ਆ, ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਜਿਹੜੀ ਅੱਜ ਇਹਨਾਂ ਨੇ ਲਿਖਤੀ ਸ਼ਿਕਾਇਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਾਹਿਬਾਨਾਂ ਨੂੰ ਦਿੱਤੀ ਸੀ, ਜਿਹਦੇ 'ਚ ਵੱਡੀ ਗੱਲ ਇਹ ਆਈ ਆ ਵੀ ਜਿਹੜਾ ਇੱਥੋਂ ਦਾ ਸਿਕਿਉਰਿਟੀ ਗਾਰਡ ਆ ਉਹ 200 ਰੁਪਇਆ ਟੋਕਨ ਦਾ ਲੈ ਕੇ ਅਤੇ ਉੱਥੇ ਅੰਦਰ ਟੋਕਨ ਦੀ ਅਦਲੀ ਬਦਲੀ ਕਰ ਦਿੰਦਾ। ਅਸੀਂ ਸਮਝਦੇ ਹਾਂ ਵੀ ਇਕੱਲਾ ਉਹ ਨਹੀਂ ਹੋਊਗਾ, ਉਹਦੇ ਨਾਲ ਹੋਰ ਵੀ ਇੱਥੋਂ ਦੇ ਜਿਹੜੇ ਕਰਮਚਾਰੀ ਆ ਉਹ ਨਾਲ ਰਲੇ ਹੋਣਗੇ। ਇਹ ਰਣਨੀਤੀ ਇਹੋ ਹੈ ਜੀ, ਪਹਿਲਾਂ ਤਾਂ ਅਸੀਂ ਪੰਜਾਬ ਸਰਕਾਰ ਦੀ ਨਲਾਇਕੀ ਕਹਿੰਦੇ ਹਾਂ ਵੀ ਇੱਕ ਬੰਦੇ ਤਾਂ ਕਹਿ ਰਿਹਾ ਸੀ ਵੀ ਬਦਲਾਅ ਆਊਗਾ, ਆਹ ਬਦਲਾਅ ਪਹਿਲੀ ਵਾਰ ਵੇਖਿਆ ਵੀ 4-4 ਦਿਨ ਤੋਂ ਲੋਕ ਲਗਾਤਾਰ ਇੱਥੇ ਖੱਜਲ ਖੁਆਰ ਹੋ ਰਹੇ ਇੱਕ ਟੋਕਨ ਲੈਣ ਵਾਸਤੇ, ਅਤੇ ਟੋਕਨ ਤੋਂ ਬਾਅਦ ਅਜੇ ਕੰਮ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਇੱਕ ਖਿੜਕੀ 'ਤੇ ਭੀੜੇ ਦੇ 4 ਖਿੜਕੀਆਂ ਵਾਲੇ ਜਿਹੜੇ ਕਰਮਚਾਰੀ ਉਹ ਵਿਹਲੇ ਬੈਠੇ ਆ। ਸਾਡੀ ਇੱਥੇ ਮੰਗ ਆ ਵੀ ਜੇ ਕੋਈ ਆਧਾਰ ਕਾਰਡ ਵਾਲਾ ਉਹਦੇ ਵੱਖਰੇ ਟੋਕਨ ਕੱਟੇ ਜਾਣ, ਦੂਜੇ ਦੇ ਵੱਖਰੇ ਕੱਟੇ ਜਾਣ, ਤੀਜੇ ਦੇ ਵੱਖਰੇ ਕੱਟੇ ਜਾਣ, ਸਿਰਫ 70-80 ਟੋਕਨ ਕੱਟਦੇ ਉਹ ਵੀ ਸਿਫਾਰਸ਼ੀ ਜਾਂ ਜਿਨ੍ਹਾਂ ਨੇ ਪੈਸੇ ਦਿੱਤੇ ਹੁੰਦੇ ਆ। ਉਹਦਾ ਕਰਕੇ ਇੱਥੇ ਲਗਾਤਾਰ ਜਿਹੜਾ ਅੱਜ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਵੱਲੋਂ ਜਿਹੜਾ ਉਹ ਧਰਨਾ ਲਾਇਆ ਗਿਆ ਵਾ, ਹੁਣ ਪਿੰਡਾਂ 'ਚ ਫੋਨ ਕਰ ਦਿੱਤੇ ਆ, ਵੱਡੀ ਗਿਣਤੀ 'ਤੇ ਇੱਥੇ ਲੋਕ ਆਉਣਗੇ। ਐਸਡੀਐਮ ਸਾਹਿਬ ਜੇ ਤਾਂ ਮੁਨਾਸਬ ਸਮਝਣਗੇ ਅਤੇ ਸਾਡੇ ਨਾਲ ਗੱਲਬਾਤ ਕਰਨਗੇ, ਕਿਉਂਕਿ ਲਿਖਤੀ ਸ਼ਿਕਾਇਤਾਂ ਵੀ ਆਈਆਂ ਵਾ, ਉਹ ਸ਼ਿਕਾਇਤਾਂ ਵੀ ਉਹਨਾਂ ਨੂੰ ਦੇਣੀਆਂ ਵਾ, ਅਤੇ ਜੇ ਨਹੀਂ ਤਾਂ ਲਗਾਤਾਰ ਜਿਹੜਾ ਧਰਨਾ ਜਿੰਨਾ ਚਿਰ ਤੱਕ ਹੈ ਜਿਹੜੀ ਖੱਜਲ ਖੁਆਰੀ ਆ ਲੋਕਾਂ ਦੀ ਬੰਦ ਨਹੀਂ ਹੁੰਦੀ, ਉਹਨਾਂ ਚਿਰ ਤੱਕ ਜਿਹੜਾ ਧਰਨਾ ਵਾ ਲਗਾਤਾਰ ਜਾਰੀ ਰਹੂਗਾ। ਇਹ ਪ੍ਰਤਾਪ ਸਿੰਘ ਜੀ ਖਡੂਰ ਸਾਹਿਬ ਤੋਂ ਕੁਛ ਨਾ ਪੁੱਛੋ ਜੀ, 3 ਦਿਨ ਹੋ ਗਏ ਆਉਂਦਿਆਂ ਨੂੰ, ਜੇ ਰਾਤ 9 ਵਜੇ ਤੋਂ ਪਹਿਲਾਂ ਆ ਗਏ ਤਾਂ ਵੀ ਕਹਿਣਾ 9:30 ਵਜੇ ਸਾਡਾ ਕਰਿੰਦਾ ਆਊਗਾ ਅਤੇ ਉਹ ਹੀ ਨਾਂ ਲਿਖੂਗਾ ਪ੍ਰਾਈਵੇਟ, ਅਤੇ ਜੇ ਸਵੇਰੇ ਆਏ ਆ 5 ਵਜੇ 6 ਵਜੇ ਅਤੇ 7 ਵਜੇ ਨਾ ਆਪਣੇ ਹਿਸਾਬ ਨਾਲ ਲਿਸਟਾਂ 'ਚ ਨਾਂ ਲਾਏ ਹੁੰਦੇ ਆ ਕਿ 200 ਤੋਂ 500 ਰੁਪਈਆ ਦਈਏ ਬਾਹਰ, ਪ੍ਰਾਈਵੇਟ ਬੰਦੇ ਰੱਖੇ ਆ, ਫਿਰ ਭਾਵੇਂ ਆਰਾਮ ਨਾਲ 12-1 ਵਜੇ ਆਓ ਅਤੇ ਕੰਮ ਕਰਾ ਕੇ ਘਰ ਨੂੰ ਜਾਓ, ਬਹੁਤ ਮੁਸ਼ਕਲ ਆ ਰਹੀ ਜੀ। ਬਾਕੀ ਅਸੀਂ ਬਾਈਕਾਂ 'ਚ ਰਹਿੰਦੇ ਹਾਂ, ਰਾਤ ਸਾਰੀ ਰਾਤ ਇੱਥੇ ਰਹਿ ਨਹੀਂ ਸਕਦੇ, ਕੋਈ ਗੱਲਬਾਤ ਹੋ ਜੇ ਕੌਣ ਜ਼ਿੰਮੇਵਾਰ ਆ? ਬਹੁਤ ਸੋਹਣਾ ਬਦਲਾਅ ਜੀ, ਆ ਤੁਸੀਂ ਵੇਖ ਨਹੀਂ ਡੇ ਜੇ, ਆ ਕਿਸੇ ਨੂੰ ਪੁੱਛ ਸਕਦੇ ਜੇ, ਆ 3-3, 4-4 ਦਿਨ ਹੋ ਗਏ ਆ ਜਨਮ ਸਰਟੀਫਿਕੇਟ ਬਣਾਉਣ ਵਾਸਤੇ, 3-3, 4-4 ਦਿਨ ਹੋ ਗਏ ਆ, ਸਾਰੀ ਦਿਹਾੜੀ ਬਹਿ ਕੇ ਚੱਲ ਜਾਈਦਾ, ਕੋਈ ਟੋਕਨ ਨਹੀਂ ਮਿਲਦਾ, ਕੋਈ ਕੁਛ ਨਹੀਂ ਮਿਲਦਾ। ਮੰਗ ਕੀ ਕਰਦੇ ਆ ਜੀ, ਇੱਕ ਸਿਸਟਮ ਬਿਲਕੁਲ ਸਹੀ ਹੋਣਾ ਚਾਹੀਦਾ। ਦਲਬੀਰ ਸਿੰਘ, ਪਿੰਡ ਕੰਗ। ਹਾਂਜੀ, ਘਰਦਿਆਂ ਦਾ ਆਧਾਰ ਕਾਰਡ ਬਣਾਉਣਾ ਆ, 6ਵਾਂ ਗੇੜਾ ਸਾਡਾ,
ਬਹੁਤ ਖਰਾਬ ਕਰਦੇ ਕਰੀ ਜਾਂਦੇ ਸਰਪੰਚ ਦੀ ਮੋਹਰ ਫਿੱਕੀ ਆ ਆ ਜਾਂਦੇ ਰਾਈਟਿੰਗ ਸਹੀ ਨਹੀਂ ਹੈਗੀ ਫਿਰ ਦੁਬਾਰਾ ਲਵਾਓ ਆ ਫਿਰ ਦੁਬਾਰਾ ਲਵਾ ਕੇ ਲਿਆਏ ਹੁਣ ਵੇਖਦੇ ਕੀ ਜਾਂਦੇ ਛੇਵਾਂ ਕਿਹੜਾ ਵਾ ਸਾਡਾ ਤਾਂ ਇੱਥੇ ਅੱਜ 1:30 ਵਜੇ ਰਾਤ ਪਹੁੰਚੇ ਹਾਂ ਮੁੜ ਕੇ ਫਿਰ ਇੱਥੇ 7 ਵਜੇ ਆਏ ਸਾਡੇ 8 ਵਜੇ ਟੋਕਨ ਬਣਦੇ ਆ ਲੈਣਾ ਜਾ ਮੰਗ ਕਰਦੇ ਵੀ ਸਾਨੂੰ ਨਿਆਂ ਮਿਲਣਾ ਚਾਹੀਦਾ ਵਾ ਛੇਵਾਂ ਸੱਤਵਾਂ ਕਿਹੜਾ ਅਸੀਂ ਵਿਹਲੇ ਥੋੜ੍ਹਾ ਵਾ ਕਿਤੇ ਘਰ ਬਾਹਰ ਛੱਡ ਕੇ ਤੁਰੇ ਫਿਰਦੇ ਹਾਂ ਪਰਮਜੀਤ ਕੌਰ ਪਿੰਡ ਖਡੂਰ ਸਾਹਿਬ ਅਸੀਂ ਐਫੀਡੈਵਿਟ ਜਮ੍ਹਾਂ ਕਰਾਉਂਦੇ ਹਾਂ 5 ਦਿਨ ਹੋ ਗਏ ਆਉਂਦਿਆਂ ਨੂੰ ਅਤੇ 6 ਵਜੇ ਆਈਦਾ ਆ 6 ਵਜੇ ਤੋਂ ਬਾਅਦ ਕਹਿੰਦੇ ਕਿ ਟੋਕਨ ਵੰਡੇ ਗਏ ਆ ਅਤੇ 200 ਰੁਪਈਆ ਲੈ ਕੇ ਉਹ ਟੋਕਨ ਦਿੰਦੇ ਹੈਗੇ ਆ ਜਿਹੜੇ ਪੈਸੇ ਦਿੰਦੇ ਉਹਨਾਂ ਨੂੰ ਟੋਕਨ ਦਿੰਦੇ ਆ ਉਹ ਕਿਸੇ ਨੂੰ ਟੋਕਨ ਨਹੀਂ ਦਿੰਦੇ ਹੈਗੇ 5 ਦਿਨ ਤੋਂ ਹੋ ਰਹੇ ਹੈ ਦਿੱਕਤਾਂ ਹੀ ਆ ਤੁਸੀਂ ਵੇਖ ਹੀ ਰਹੇ ਹੋ ਕਿੰਨਾ ਲੋਕ ਖੱਜਲ ਖਰਾਬ ਹੋ ਰਹੇ ਇੱਥੇ ਇੱਕ ਸਿਰਫ ਐਫੀਡੈਵਿਟ ਜਮ੍ਹਾਂ ਕਰਾਉਣੀ ਹੈ ਅਤੇ ਟੋਕਨ ਦੇ ਹਿਸਾਬ ਨਾਲ ਜਮ੍ਹਾਂ ਕਰਾਏ ਗਏ ਤਾਂ ਕੀ ਕਾਨੂੰਨ ਇਹ ਹੋਇਆ ਹੈ ਇਸ ਮੌਕੇ ਸੇਵਾ ਕੇਂਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨਾਲ ਜਦੋਂ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਸਾਨਾਂ ਵੱਲੋਂ ਲਗਾਏ ਸਾਰੇ ਆਰੋਪਾਂ ਨੂੰ ਨਕਾਰਦਿਆਂ ਇਹ ਗੱਲ ਆਖੀ ਹੈ ਕਿ ਸਾਡੇ ਕਿਸੇ ਵੀ ਮੁਲਾਜ਼ਮ ਦੇ ਵੱਲੋਂ ਪੈਸੇ ਨਹੀਂ ਲਏ ਜਾ ਰਹੀ ਮੇਰਾ ਗੁਰਪ੍ਰੀਤ ਸਿੰਘ ਜੀ ਹਾਂਜੀ ਜੀ ਮੈਂ ਇੱਥੋਂ ਦਾ ਸੀਨੀਅਰ ਆਪਰੇਟਰ ਹੈ ਜੀ ਹਾਂਜੀ ਲੋਕਾਂ ਦਾ ਲਗਾਤਾਰ ਇਹ ਕਹਿਣਾ ਕਿ ਖੱਜਲਖਵਾਰੀ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਟੋਕਨਾਂ ਨੂੰ ਖਾਸ ਕਰਕੇ ਜੋ ਕਹਿੰਦੇ ਕਿ ਪੈਸੇ ਲੈ ਕੇ ਟੋਕਨ ਦਿੱਤੇ ਜਾ ਰਹੇ ਕਿ ਸਰ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੀ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਬੰਦਾ ਇਸ ਚੀਜ਼ ਦਾ ਇਲਜ਼ਾਮ ਲਗਾਉਂਦਾ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਬੰਦਾ ਸਾਨੂੰ ਸਬੂਤ ਦੇ ਦੇ ਬਾਕੀ ਮੇਰਾ ਜਿੰਨਾ ਵੀ ਸਟਾਫ ਹੈ ਬਕਾਇਦਾ ਆਪਣੀ ਮਨ ਤਨਦੇਹੀ ਦੇ ਨਾਲ ਕੰਮ ਕਰਦਾ ਪਿਆ ਜਿੰਨੇ ਬੰਦੇ ਭੁਗਤਾ ਸਕਦਾ ਸਾਡੀ 30 ਤੋਂ 35 ਬੰਦੇ ਦੀ ਕਪੈਸਿਟੀ ਹੁੰਦੀ ਅਸੀਂ ਇੱਕ ਹੈਂਡਲ ਕਰ ਸਕਦੇ ਪਰ ਮੇਰਾ ਬੰਦਾ ਪਰ ਕਾਊਂਟਰ 35-40 ਐਂਟਰੀਆਂ ਕਰ ਰਿਹਾ ਵਾ ਜਿਹਦੀ ਕਿ ਰਿਪੋਰਟ ਅਸੀਂ ਸਾਹਿਬ ਨੂੰ ਦੇਣ ਨੂੰ ਤਿਆਰ ਹਾਂ ਕਾਰਨ ਸਰ ਪਿੰਡਾਂ ਦੇ ਜਿਹੜੇ ਲਾਗੇ ਪਾਸੇ ਸੇਵਾ ਕੇਂਦਰ ਬੰਦ ਹੁੰਦਾ ਕਰਕੇ ਜਿਹੜੇ ਲਾਗੇ ਪਾਸੇ ਸੇਵਾ ਕੇਂਦਰ ਖਡੂਰ ਸਾਹਿਬ ਦੇ ਲਾਗੇ ਪਾਸੇ ਕੋਈ ਨਹੀਂ ਹੈਗਾ ਉਹਦਾ ਕਰਕੇ ਜਿੰਨੇ ਵੀ 35 ਤੋਂ 40 ਪਿੰਡ ਖਡੂਰ ਸਾਹਿਬ ਸੇਵਾ ਕੇਂਦਰ ਨੂੰ ਲੱਗਦੇ ਆ ਉਹਨਾਂ ਦਾ ਕਰਕੇ ਜ਼ਿਆਦਾ ਰਸ਼ ਜਿੰਨੇ ਵੀ ਪਿੰਡਾਂ ਦਾ ਸਾਰਾ ਰਸ਼ ਇੱਥੇ ਆ ਰਿਹਾ ਵਾ ਹੁਣ ਇਹ ਮੇਨ ਇਹ ਆ ਕਿ ਜਿੰਨੇ ਸਮੇਂ ਦੇ ਵਿੱਚ ਜਿੰਨਾ ਸੇਵਾ ਕੇਂਦਰ ਦਾ ਕਾਰਜ ਕਰਦਾ ਸਮਾਂ ਉਨੇ ਸਮੇਂ ਦੇ ਵਿੱਚ ਜਿੰਨਾ ਬੰਦਾ ਕੰਮ ਕਰ ਸਕਦਾ ਉਹਦੇ ਨੂੰ ਵੱਧ ਕੰਮ ਕਰ ਰਿਹਾ ਇੱਕ ਆਪਰੇਟਰ ਇਸ ਮੌਕੇ ਕਿਸਾਨਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਤੋਂ ਮੰਗ ਕੀਤੀ ਗਈ ਹੈ ਕਿ ਸੇਵਾ ਕੇਂਦਰ ਖਡੂਰ ਸਾਹਿਬ ਦੇ ਮੁਲਾਜ਼ਮਾਂ ਦੀ ਪੜਤਾਲ ਕਰਕੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਖੱਜਲ ਖੁਆਰ ਹੋਣ ਤੋਂ ਬਚਾਇਆ ਜਾਵੇ D5 ਚੈਨਲ ਪੰਜਾਬੀ ਲਈ ਖਡੂਰ ਸਾਹਿਬ ਤੋਂ ਵਿਜੇ ਕੁਮਾਰ ਦੀ ਰਿਪੋਰਟ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ